Hey guys, welcome back to my YouTube channel. You're watching Someone Else. So in this video, I'm going to discuss the introductory topic. ਜਿਵੇਂ ਮੈਂ ਤੁਹਾਨੂੰ ਕਹਿ ਸੀਗਾ ਕਿ ਜਿਹੜੇ ਵੀ ਤੁਸੀਂ ਰਿਕੁਐਸਟ ਕਰੋਗੇ ਮੈਂ ਫਸਟਲੀ ਉਹਨਾਂ ਤੇ ਵੀਡੀਓ ਅਪਲੋਡ ਕਰਾਂਗੀ। ਸੋ ਇਹ ਰਿਕੁਐਸਟਡ ਕਿ ਜਿਹੜਾ ਇੰਟਰੋਡਕਟਰੀ ਟੌਪਿਕ ਸੀਗਾ ਜਿਹੜਾ ਆਈਸਕ੍ਰੀਮ ਤੇ ਸੀਗਾ। ਫਸਟ ਕੁਐਸਚਨ ਇਜ਼ ਡੂ ਯੂ ਲਵ ਆਈਸਕ੍ਰੀਮ, ਤੁਹਾਨੂੰ ਆਈਸਕ੍ਰੀਮ ਪਸੰਦ ਆ। ਸੋ ਡੈਫੀਨੇਟਲੀ ਜਿਹੜਾ ਵੀ ਤੁਸੀਂ ਆਨਸਰ ਦਿਓਗੇ ਉਹ ਤੁਹਾਡਾ 2 to 3 ਲਾਈਨਸ ਦੇ ਵਿੱਚ ਹੀ ਹੋਵੇ, ਨਾਟ ਮੋਰ ਦੈਨ ਦਿਸ। ਤਾਂ ਤੁਸੀਂ ਕਹਿ ਸਕਦੇ ਹੋ ਅਫਕੋਰਸ ਆਈ ਲਵ ਟੂ ਈਟ ਆਈਸ ਕ੍ਰੀਮਸ ਬਿਕੋਜ਼ ਆਈ ਹੈਵ ਅ ਸਵੀਟ ਟੁੱਥ। ਇਹ ਇੱਕ ਈਡੀਅਮ ਹੁੰਦਾ ਹੈ ਜਿਹਨੂੰ ਮਿੱਠਾ ਖਾਣਾ ਪਸੰਦ ਹੁੰਦਾ ਤਾਂ ਉਹ ਇੱਥੇ ਬੋਲ ਸਕਦੇ ਹੋ। ਡਿਡ ਯੂ ਆਫਨ ਈਟ ਆਈਸ ਕ੍ਰੀਮ ਵੈਨ ਯੂ ਵਰ ਯੰਗ, ਕਿ ਤੁਸੀਂ ਅਕਸਰ ਆਈਸ ਕ੍ਰੀਮ ਖਾਇਆ ਕਰਦੇ ਸੀਗੇ ਜਦੋਂ ਤੁਸੀਂ ਛੋਟੇ ਸੀਗੇ? ਸੋ ਯੂ ਕੈਨ ਆਸਕ ਯੈਸ, ਡਿਊਰਿੰਗ ਮਾਈ ਚਾਈਲਡਹੁੱਡ ਪੀਰੀਅਡ ਆਈ ਯੂਜ਼ ਟੂ ਈਟ ਨਿਊਮਰਸ ਕਾਈਂਡ ਆਫ ਆਈਸ ਕ੍ਰੀਮਸ, ਹਾਉ ਬਿਟ ਨਾਓ ਆਈ ਈਟ ਫਿਊ ਪਰਟੀਕੁਲਰ ਫਲੇਵਰਸ। ਤੁਸੀਂ ਕਹਿ ਸਕਦੇ ਹੋ ਕਿ ਚਾਈਲਡਹੁੱਡ ਪੀਰੀਅਡ 'ਚ ਤਾਂ ਅਲੱਗ ਅਲੱਗ ਫਲੇਵਰ ਦੀਆਂ ਆਈਸਕ੍ਰੀਮ ਮੈਨੂੰ ਪਸੰਦ ਸੀਗੀਆਂ, ਬਟ ਦਾ ਇੱਥੇ ਸਿਨੋਨਿਮ ਹਾਊ ਬਿਟ ਮੈਂ ਯੂਜ਼ ਕਰ ਰਹੀ ਹਾਂ, ਬਟ ਹੁਣ ਮੈਨੂੰ ਕੁਝ ਪਰਟੀਕੁਲਰ ਫਲੇਵਰਸ ਹੀ ਪਸੰਦ ਨੇ। ਅਗਰ ਕੁਸ਼ਚਨ ਤੁਹਾਡਾ ਨੈਕਸਟ ਹੋਏਗਾ ਕਿ ਕਿਹੜੇ ਪਰਟੀਕੁਲਰ ਫਲੇਵਰ, ਕੋਈ ਵੀ ਤੁਸੀਂ ਬੋਲ ਸਕਦੇ ਹੋ, ਚੋਕਲੇਟ, ਬਟਰ ਸਕੋਚ, ਵਨੀਲਾ, ਵਾਟ ਐਵਰ ਯੂ ਵਾਂਟ ਟੂ ਸੇ ਦੇਅਰ। ਥਰਡ ਕੁਸ਼ਚਨ ਇਜ਼, ਆਰ ਦੇਅਰ ਸ਼ੋਪਸ ਸੈਲਿੰਗ ਆਈਸ ਕ੍ਰੀਮ ਨੀਅਰ ਦਾ ਪਲੇਸ ਵੇਅਰ ਯੂ ਲਿਵ? ਪਲੇਸ ਇੱਦਾਂ ਦੀਆਂ ਹੈਗੀਆਂ ਜਿੱਥੇ ਤੁਹਾਨੂੰ ਸ਼ੋਪਸ ਦੇ ਵਿੱਚ ਆਈਸਕ੍ਰੀਮ ਜਿਹੜੇ ਉਹ ਮਿਲ ਜੇ, ਜਿਹੜੇ ਤੁਹਾਡੇ ਕਿ ਬਿਲਕੁਲ ਘਰ ਦੇ ਕੋਲ ਹੋਣ ਜਾਂ ਜਿੱਥੇ ਤੁਸੀਂ ਰਹਿੰਦੇ ਹੋ? ਯੂ ਕੈਨ ਆਸਕ ਯੈਸ, ਦੇਅਰ ਆਰ ਐਂਪਲ ਸ਼ੋਪਸ ਇਨ ਦਾ ਮਿੰਨੀ ਮਾਰਕੀਟ ਵਿੱਚ ਸੈਲ ਆਈਸਕ੍ਰੀਮਸ। ਮਿੰਨੀ ਮਾਰਕੀਟ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਸ਼ੋਪਸ ਨੇ ਜਿੱਥੇ ਆਈਸਕ੍ਰੀਮ ਮਿਲ ਜਾਂਦੀਆਂ, ਐਂਡ ਦੈਟ ਮਿੰਨੀ ਮਾਰਕੀਟ ਇਜ਼ ਅਰਾਊਂਡ ਦਾ ਕੋਰਨਰ ਆਫ ਮਾਈ ਵਿਲੇਜ ਔਰ ਪਲੇਸ। ਅਰਾਊਂਡ ਦਾ ਕੋਰਨਰ ਮਤਲਬ ਵੈਰੀ ਨੀਅਰ, ਅਤੇ ਉਹ ਜਿਹੜਾ ਮਿੰਨੀ ਮਾਰਕੀਟ ਆ ਬਹੁਤ ਜ਼ਿਆਦਾ ਕਰੀਬ ਹੈਗਾ ਜਿੱਥੇ ਮੈਂ ਰਹਿੰਦਾ ਹਾਂ, ਚਾਹੇ ਵਿਲੇਜ ਕਹਿ ਲਓ ਚਾਹੇ ਪਲੇਸ ਕਹਿ ਲਓ। ਯੂ ਮੇਕ ਆਈਸਕ੍ਰੀਮ ਯੂਅਰ ਸੈਲਫ, ਤੁਸੀਂ ਖੁਦ ਬਣਾ ਸਕਦੇ ਹੋ ਆਈਸਕ੍ਰੀਮ। ਸੋ ਇਟਸ ਟੋਟਲੀ ਯੋਰ ਪਰਸਨਲ ਚੋਇਸ, ਇਫ ਯੂ ਵਾਂਟ ਟੂ ਸੇ ਯੈਸ ਯੂ ਕੈਨ, ਐਂਡ ਇਫ ਦੇਰ ਇਜ਼ ਆਨਸਰ ਨੋ ਯੂ ਕੈਨ ਆਸਕ ਨੋ ਆਈ ਡੋਂਟ ਹੈਵ ਗਿਫਟਡ ਹੈਂਡ ਇਨ ਮੇਕਿੰਗ ਆਈਸਕ੍ਰੀਮ ਔਰ ਐਨੀ ਐਡੀਬਲ ਥਿੰਗਸ। ਮੈਂ ਇੰਨਾ ਗੁੱਡ ਨਹੀਂ ਹੈਗਾ, ਹੈਵ ਗਿਫਟਡ ਹੈਂਡ ਇੱਕ ਈਡੀਅਮ ਹੁੰਦਾ ਜਿਹਦਾ ਮਤਲਬ ਹੁੰਦਾ ਕਿ ਆਈ ਐਮ ਨੋਟ ਮੱਚ ਐਕਸਪੀਰੀਅੰਸਡ ਇਨ ਮੇਕਿੰਗ ਆਈਸਕ੍ਰੀਮ ਔਰ ਐਨੀ ਐਡੀਬਲ ਥਿੰਗਸ, ਮਤਲਬ ਖਾਣ ਵਾਲੀ ਕੋਈ ਚੀਜ਼ ਬਣਾ ਸਕਾਂ, ਬਿਕਾਜ਼ ਆਈ ਡੀਮ ਦੈਟ, ਡੀਮ ਮਤਲਬ ਹੁੰਦਾ ਹੈ ਥਿੰਕ, ਕਿਉਂਕਿ ਮੈਨੂੰ ਇੱਦਾਂ ਲੱਗਦਾ ਆ ਦਿਸ ਇਜ਼ ਨੋਟ ਐਜ ਈਜ਼ੀ ਐਜ਼ ਏ ਬੀ ਸੀ। ਨੋਟ ਐਜ ਈਜ਼ੀ ਐਜ਼ ਏ ਬੀ ਸੀ ਮਤਲਬ ਨੋਟ ਈਜ਼ੀ, ਕਿਉਂਕਿ ਮੈਨੂੰ ਲੱਗਦਾ ਇਹ ਬਹੁਤ ਜ਼ਿਆਦਾ ਆਸਾਨ ਨਹੀਂ ਹੈਗਾ ਕਿ ਆਈਸਕ੍ਰੀਮ ਨੂੰ ਬਣਾਉਣਾ। ਸੋ ਦੈਟਸ ਵਾਈ ਮੈਂ ਨਹੀਂ ਬਣਾਉਂਦਾ ਜਾਂ ਮੈਨੂੰ ਨਹੀਂ ਬਣਾਉਣੇ ਆਉਂਦੇ। ਸੋ ਇਸ ਤਰ੍ਹਾਂ ਕਰਕੇ ਤੁਸੀਂ ਇਹ ਜਿਹੜਾ ਇੰਟਰੋ ਟੋਪਿਕ ਹੈ ਇਹਦਾ ਆਨਸਰ ਕਰ ਸਕਦੇ ਹੋ। ਸੋ ਦਾ ਨੈਕਸਟ ਟੋਪਿਕ ਜਿਹੜਾ ਵੀ ਹੋਏਗਾ ਉਹ ਵੀ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਦਿਓ, ਉਹ ਮੈਂ ਉਹਦੇ 'ਤੇ ਹੀ ਵੀਡੀਓ ਅਪਲੋਡ ਕਰ ਦਾਂਗੀ। ਥੈਂਕ ਯੂ।